ਅਜੀਤ ਵੈਬ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਅੱਜ ਅਸੀਂ ਪਹੁੰਚੇ ਹਾਂ ਦਰਦ 47 ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਣਗੜ੍ਹ ਵਿਖੇ, ਜਿੱਥੇ ਬਾਪੂ ਦਲਵੀਰ ਸਿੰਘ ਜੀ ਆਪਣੇ ਪਰਿਵਾਰ ਦੇ ਨਾਲ ਆਪਣਾ ਜੀਵਨ ਬਸਰ ਕਰ ਰਹੇ ਨੇ। ਜੇਕਰ ਗੱਲ ਕੀਤੀ ਜਾਵੇ 47 ਦੀ ਵੰਡ ਦੀ, ਤਾਂ ਇੱਕ ਅਜਿਹਾ ਦਰਦ ਆ, ਇੱਕ ਅਜਿਹੀ ਵੰਡ ਸੀ ਜਿਹੜੀ ਅੱਜ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਚੀਸ ਹੈ, ਮਨ ਦੇ ਵਿੱਚ ਦਰਦ ਹੈ ਕਿ ਉਹ ਆਖਰ ਵੰਡ ਹੋਈ ਅਤੇ ਹੋਈ ਕਿਉਂ, ਕਿਉਂਕਿ ਉਸ ਵੰਡ ਨੇ ਪਰਿਵਾਰ ਜਿਹੜੇ ਸੀ ਆਪਸ ਦੇ ਵਿੱਚ ਜਿਹੜੇ ਸੀ ਭਾਈਚਾਰਕ ਸਾਂਝ ਸੀ ਉਸਨੂੰ ਤਾਰੋ ਪਿੰਡਾ ਕੀਤਾ ਸੀ, ਮਾਰ ਕੁਟਾਈ ਸੀ, ਇੰਨਾ ਕੁ ਨੁਕਸਾਨ ਹੋਇਆ ਸੀ ਜਿਹੜਾ ਸੀ ਕਾਇਨਾਤ ਦਾ, ਮਨੁੱਖਤਾ ਦਾ ਘਾਣ ਹੋਇਆ ਸੀ ਕਿ ਉਸਨੂੰ ਅੱਜ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਪੜ੍ਹਦੇ ਹਾਂ, ਫਰੋਲਦੇ ਹਾਂ ਇਤਿਹਾਸ ਦੇ ਪੰਨੇ, ਤਾਂ ਆਪ ਮੁਹਾਰੇ ਹੀ ਸਾਡੇ ਜਿਹੜੇ ਨੇ ਲੂਹ ਕੰਡੇ ਖੜ੍ਹੇ ਹੋ ਜਾਂਦੇ ਨੇ। ਪਰ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਸੀ, ਜਦੋਂ ਉਹਨਾਂ ਦੀ ਜ਼ਬਾਨੀ ਅਸੀਂ ਜਾਣਦੇ ਹਾਂ, ਤਾਂ ਇੱਕ ਆਪਣੇ ਆਪ ਦੇ ਵਿੱਚ ਮਾਹੌਲ ਅਜਿਹਾ ਬਣ ਜਾਂਦਾ ਹੈ ਜਿਸ ਨੂੰ ਦੇਖਣਾ ਹੀ, ਮਹਿਸੂਸ ਜਿਹੜਾ ਸੀ ਉਹ ਆਪਣੇ ਕਰਨਾ ਹੀ ਬੜਾ ਔਖਾ ਹੋ ਜਾਂਦਾ ਹੈ। ਇਸ ਵੇਲੇ ਅਸੀਂ ਸਰਦਾਰ ਬਾਪੂ ਦਲਵੀਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਅਤੇ ਉਹ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਸੀ। ਬਾਪੂ ਜੀ, ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ। ਬਾਪੂ ਜੀ, ਜਦੋਂ ਵੰਡ ਹੋਈ ਸੀ, ਤੁਸੀਂ ਦੱਸਿਆ ਕਿ ਤੁਹਾਡੀ ਉਮਰ ਤਕਰੀਬਨ ਉਦੋਂ 15 ਕੁ ਸਾਲ ਸੀ, ਤੁਹਾਡਾ ਪਿੰਡ ਕਿਹੜਾ ਸੀ, ਜ਼ਿਲ੍ਹਾ ਕਿਹੜਾ ਸੀ ਉਦੋਂ ਜੀ? ਜਦੋਂ ਇਹ ਵੰਡ ਦਾ ਤੁਹਾਨੂੰ ਸੁਨੇਹਾ ਮਿਲਿਆ ਕਿ ਵੰਡ ਹੋ ਗਈ ਹੈ, ਪਿੰਡ ਦੇ ਵਿੱਚ ਮਾਹੌਲ ਕਿਵੇਂ ਸੀ, ਤੁਹਾਨੂੰ ਸੁਨੇਹਾ ਕਿਵੇਂ ਮਿਲਿਆ ਸੀ ਕਿ ਤੁਹਾਨੂੰ ਇੱਥੋਂ ਉੱਠ ਕੇ ਜਾਣਾ ਪਏਗਾ? ਆਪਣੇ ਆਪ ਹੀ ਉੱਠ ਗਏ, ਵੜ ਫੜ ਗਏ ਜੀ, ਤੂੰ ਕਾਬੂ ਆ ਗਿਆ, ਤੈਨੂੰ ਆਲੇ ਰਾੜ ਦੇਣਾ ਮੈਂ ਆ ਗਿਆ, ਚਾਰ ਪੈਸੇ ਤਾਂ ਖੋ ਲੈਂਦੇ, ਹੋਰ ਤਾਂ ਦਾਣੇ ਨਹੀਂ ਚੁੱਕੇ, ਦਾਣੇ ਚੁੱਕੇ ਨਹੀਂ ਜੀ, ਭਾਰ ਚੁੱਕਦਾ। ਉੱਧਰੋਂ ਫਿਰ ਤੁਸੀਂ ਇੱਧਰ ਕਿਸ ਤਰੀਕੇ ਦੇ ਨਾਲ ਆਏ ਫਿਰ? ਇੱਧਰ ਫਿਰ ਤੁਰ ਕੇ ਆਉਣਾ ਜੀ, ਉਧਰੋਂ ਫਿਰ ਕਿਸ ਤਰੀਕੇ ਨਾਲ ਤੁਸੀਂ ਪੈਡਲ ਗੱਡਿਆਂ ਤੇ ਕੀ ਕੁਝ, ਫਿਰ ਕਿਸ ਤਰੀਕੇ ਨਾਲ ਕਿਹੜੇ ਰਸਤੇ ਥਾਣੀ ਆਏ? ਲਾ ਰਿਹਾ ਹੋਇਆ ਆ ਵੀ ਲਾ ਤਾ ਡੰਗਰ ਵੇਚ ਦਿੰਦੇ ਆ ਜੀ। ਰਸਤੇ ਕਿਹੜੇ ਰਸਤੇ ਫਿਰ ਤੁਸੀਂ ਇੱਥੇ ਪਹੁੰਚੇ ਫਿਰ? ਇਹ ਤੁਹਾਨੂੰ ਲੱਭਣ ਹੀ ਗਿਆ ਜੀ, ਨਿਗਾਹ ਮਾਰੀ ਆ ਨਾ ਜੀ, ਉੱਧਰ ਰਾਹ ਆ ਗਏ ਜੀ। ਤੇ ਰਸਤੇ ਦਾ ਫਿਰ ਮਾਹੌਲ ਕਿਵੇਂ ਦਾ ਸੀ, ਮਾਰ ਧਾੜ ਵਗੈਰਾ ਤੁਸੀਂ ਲੱਗਦਾ ਹਨ ਜੀ, ਕੁੜੀਆਂ ਵੀ ਹੋ ਗਏ ਠੀਕ ਹੈ ਜੀ, ਮੁਸਲਮਾਨ ਜੀ ਹੈ ਨਾ ਅਗਰ ਧੀਆਂ ਜੀ। ਕੋਈ ਇਹੋ ਜਿਹਾ ਰਸਤੇ 'ਚ ਸੀਨ ਦੇਖਿਆ ਤੁਸੀਂ ਮਾਰ ਕੁਟਾਈ ਦਾ, ਕਿਵੇਂ ਦਾ ਮਾਹੌਲ ਕਿਵੇਂ ਦਾ ਸੀ ਉਸ ਵੇਲੇ? ਕੁੜੀਆਂ ਨੂੰ ਫੋਨ ਕਰਨ ਦੱਸਿਆ ਜੀ। ਇੱਥੇ ਫਿਰ ਆ ਕੇ ਫਿਰ ਤੁਸੀਂ ਕਿਸ ਤਰੀਕੇ ਨਾਲ ਫਿਰ ਦੁਬਾਰਾ ਨਵੇਂ ਸਿਰੇ ਤੋਂ ਜਿਹੜੀ ਜ਼ਿੰਦਗੀ ਸ਼ੁਰੂ ਕੀਤੀ? ਇੱਥੇ ਰਿਸ਼ਤੇਦਾਰ ਵੀ ਸੀ ਨਾ, ਉਹ ਵੀ ਆਉਂਦਾ ਵੀ ਤੂੰ ਫਲਾਂਡੇ ਚਲਾ ਜਾ, ਦਿਹਾੜੀ ਲਾ ਲਾ, ਜਾਣਾ ਆਪਣੇ ਉਹਨਾਂ ਦੇ ਵਾਗ ਗਏ, ਸਾਡੀ ਵਾਗ ਗਏ ਨੇ। ਹੁਣ ਵੀ ਕਦੇ ਮਨ ਦੇ ਵਿੱਚ ਆਪਣੇ ਪਿੰਡ ਦੀ ਯਾਦ ਆਉਂਦੀ ਤੁਹਾਨੂੰ? ਪਿੰਡ ਪਿੰਡ ਜਾਣ ਨੂੰ ਦਿਲ ਕਰਦਾ ਅੱਜ ਵੀ ਤੁਹਾਡਾ? ਗੱਡੀ ਗੁੱਡੀ ਕਰੋ ਚੜੀ, ਜੇ ਤੁਹਾਨੂੰ ਮੌਕਾ ਮਿਲੇ ਪਿੰਡ ਜਾਓਗੇ ਤੁਸੀਂ ਆਪਣੇ? ਹੁਣ ਤਾਂ ਗੋਲ ਮੋਲ ਜਿਹਾ ਹੁਣ ਤੁਹਾਡੇ ਆਵੇ ਠੀਕ ਹੈ ਬਾਪੂ ਜੀ, ਧੰਨਵਾਦ ਤੁਹਾਡਾ ਜੀ। ਅਸੀਂ ਤੁਹਾਡੀ ਸਿਹਤ ਦੀ ਜਿਹੜੀ ਅਰਦਾਸ ਕਰਦੇ ਹਾਂ, ਤੁਸੀਂ ਤੰਦ ਰਹੋ, ਹਮੇਸ਼ਾ ਹੀ ਨਿਰੋਗ ਰਹੋ। ਸੋ ਇਹ ਸਨ ਬਾਪੂ ਦਲਵੀਰ ਸਿੰਘ ਜੀ, ਜਿਨ੍ਹਾਂ ਦੱਸਿਆ ਕਿ ਉੱਧਰੋਂ ਜਦੋਂ ਇੱਧਰ ਆਏ ਸੀ ਤਾਂ ਜਦੋਂ ਮਾਹੌਲ ਸੀ ਬੜਾ ਡਰਾਵਣਾ ਸੀ, ਪਿੰਡ ਦੇ ਵਿੱਚ ਮਾਰ ਧਾੜ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਇੱਧਰ ਆਉਣਾ ਸੁਭਾਵਿਕ ਸੀ, ਪਿੰਡ ਵੱਲੋਂ ਵੀ ਨਾਂਹ ਕੀਤੀ ਗਈ ਸੀ ਜਿਹੜੇ ਭਾਈਚਾਰਕ ਸਾਂਝ ਰੱਖਦੇ ਸੀ ਲੋਕ ਕਿ ਤੁਹਾਨੂੰ ਇੱਧਰੋਂ ਹੁਣ ਜਾਣਾ ਹੀ ਪਏਗਾ ਕਿਉਂਕਿ ਮਾਹੌਲ ਬੜਾ ਖਰਾਬ ਹੋ ਚੁੱਕਾ ਸੀ।
ਘੁੰਮਦੇ ਘੁੰਮਾਉਂਦੇ ਹੋ ਇਸ ਪਿੰਡ ਦੇ ਵਿੱਚ ਆਏ ਅਤੇ ਇੱਥੇ ਆ ਕੇ ਨਵੇਂ ਸਿਰੇ ਤੋਂ ਫਿਰ ਆਪਣੀ ਜ਼ਿੰਦਗੀ ਜਿਹੜੀ ਅਸੀਂ ਸ਼ੁਰੂ ਕੀਤੀ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਅੱਜ ਵੀ ਉਹਨਾਂ ਦਾ ਦਿਲ ਕਰਦਾ ਕਿਤੇ ਨਾ ਕਿਤੇ ਆਪਣੇ ਪਿੰਡ ਦੇ ਵਿੱਚ ਮੁੜ ਵਾਪਸ ਜਾਣ ਨੂੰ, ਆਪਣੇ ਪਿੰਡ ਦੀਆਂ ਗਲੀਆਂ ਦੇਖਣ ਨੂੰ, ਉਹ ਯਾਦਾਂ ਨੂੰ ਮੁੜ ਤਾਜ਼ਾ ਕਰਨ ਨੂੰ। ਪਰ ਸਰਕਾਰਾਂ ਦੇ ਕੁਛ ਹਾਲਾਤ ਆਪਸੀ ਠੀਕ ਨਾ ਹੋਣ ਕਰਕੇ ਜਿਹੜੇ ਨੇ ਇਹ ਮੌਕੇ ਦੁਬਾਰਾ ਨਹੀਂ ਮਿਲ ਸਕੇ, ਅਤੇ ਉਹ ਉਮੀਦ ਕਰਦੇ ਨੇ ਕਿ ਜੇਕਰ ਅੱਜ ਵੀ ਮੌਕਾ ਮਿਲੇ ਤਾਂ ਉਹ ਜ਼ਰੂਰ ਆਪਣੇ ਪਿੰਡ ਦੀਆਂ ਗਲੀਆਂ ਜਿਹੜੀਆਂ ਨੇ ਉਹ ਦੇਖਣੀਆਂ ਚਾਹੁੰਦੇ ਨੇ। ਕੈਮਰਾਮੈਨ ਡਿੰਪਲ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤਸਰ।